ਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਸਵੇਰੇ ਸਵੇਰੇ ਬਾਬੇ ਨੇ ਕਰ ਦਿੱਤਾ ਵੱਡਾ ਕਾਂਡ ਸੁੱਤੇ ਪਰ ਟੱਬਰ ਨੂੰ ਪੈਟਰੋਲ ਪਾ ਕੇ ਲਾਈ ਅੱਗ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਪਦਾਰਥਵਾਦੀ ਯੁੱਗ ਵਿੱਚ ਰਿਸ਼ਤਿਆਂ ਦੀ ਉਹ ਮਿਠਾਸ ਆਪਣਾਪਨ ਖਤਮ ਹੋਣ ਵਰਗਾ ਇਹ ਪਹਿਲਾਂ ਲੋਕ ਪਿਆਰ ਅਤੇ ਰਿਸ਼ਤੇ ਦਾ ਮਤਲਬ ਸਮਝਦੇ ਸਨ ਅੱਜ ਰਿਸ਼ਤਿਆਂ ਦੇ ਵਿੱਚ ਜਾਇਦਾਦ ਅਤੇ ਪੈਸਾ ਪ੍ਰਧਾਨ ਹੈ ਅੱਜ ਪੈਸਾ ਤੇ ਜਾਇਦਾਦ ਦੀ ਖਾਤਰ ਪਰਾਪਰਾ ਨੂੰ ਪਿਓ ਪੁੱਤ ਨੂੰ ਤੇ ਪੁੱਤ ਪਿਓ ਨੂੰ ਇਤੋਂ ਤੱਕ ਕਿ ਮਾਂ ਮੰਨ ਵੀ ਆਪਣੇ ਬੱਚਿਆਂ ਨੂੰ ਮਾਰ ਦਿੰਦੀਆਂ ਨੇ ਸੋ ਦੋਸਤੋ ਮਾਮਲਾ ਸਾਹਮਣੇ ਆਇਆ ਅਬੂਰ ਤੋਂ ਜਿੱਥੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਇੱਕ ਦਾਦੇ ਨੇ ਆਪਣੇ ਹੀ ਪੋਤੇ ਦੇ ਪਟ્રોલ ਪਾ ਕੇ ਉਸ ਨੂੰ ਅੱਗ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅੰਗਰੇਜ਼ ਸਿੰਘ ਪੁੱਤਰ ਕਾਬਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਵੇਰੇ 4 ਵਜੇ ਆਪਣੇ ਪਰਿਵਾਰ ਦੇ ਸਮੇਤ ਸੁੱਤਾ ਪਿਆ ਸੀ ਜਿਸ ਵਿੱਚ ਘਰ ਚ ਉਸ ਦੀ ਪਤਨੀ ਅਤੇ ਲੜਕੀ ਸਨ ਉਸ ਦੇ ਦਾਦਾ ਤਾਰਾ ਸਿੰਘ ਵੱਲੋਂ ਬਾਲਟੀ ਵਿੱਚ ਪਟ્રોલ ਪਾ ਕੇ ਸਾਰੇ ਪਰਿਵਾਰ ਦੇ ਉੱਪਰ ਪਾ ਕੇ ਉਹਨਾਂ ਨੂੰ ਅੱਗ ਲਾ ਦਿੱਤੀ ਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦਾਦੇ ਨੇ ਜਦੋਂ ਉਸ ਨੂੰ ਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਦਾਦੇ ਵੱਲੋਂ ਜੋ ਜਗ੍ਹਾ ਦਿੱਤੀ ਗਈ ਸੀ ਉਸ ਦੇ ਵਿੱਚ ਕਮਰੇ ਬਣਾ ਲਏ ਗਏ ਜਿਸ ਵੱਲੋਂ ਦਾਦੇ 'ਚੋ ਅਜਿਹਾ ਕੀਤਾ ਗਿਆ ਪਰਿਵਾਰਕ ਮਹਿਲਾ ਮੈਂਬਰਾਂ ਦੇ ਦੱਸਣ ਅਨੁਸਾਰ ਉਹਨਾਂ ਨੇ ਜਿਸ ਜਗ੍ਹਾ ਤੇ ਕਮਰੇ ਬਣਾਏ ਹਨ ਉਹ ਜਗ੍ਹਾ ਉਹਨਾਂ ਨੂੰ ਦਿੱਤੀ ਗਈ ਸੀ ਚਾਹ ਰੋਟੀ ਪਾਣੀ ਤੇ ਹਰ ਮਹੀਨੇ 1000 ਰੁਪਏ ਤਾਰਾ ਸਿੰਘ ਨੂੰ ਦਿੰਦੇ ਹਨ ਉਹ ਫਿਰ ਵੀ ਰੋਜ਼ ਉਹਨਾਂ ਨਾਲ ਲੜਦਾ ਝਗੜਦਾ ਰਹਿੰਦਾ ਜਿਸ ਕਰਕੇ ਗਵਾਂਡੀਆਂ ਦੇ ਕਰੇ ਸੌਂਦੀ ਹੈ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਗਰੇਜ਼ ਸਿੰਘ ਪੁੱਤਰ ਕਾਬਲ ਸਿੰਘ ਉਮਰ ਲਗਭਗ 29 ਸਾਲ ਦੇ ਬਿਆਨਾਂ ਤੇ ਅਨੁਸਾਰ ਉਸਦੇ ਦਾਦਾ ਤਾਰਾ ਸਿੰਘ ਪੁੱਤਰ ਤੇਜਾ ਸਿੰਘ ਉਮਰ 85 ਸਾਲ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ